ਸਰ ਮੈਂ ਹੁਸੈਨਪੁਰੇ ਤੋਂ ਰਾਮਬਾਗ ਨੂੰ ਜਾ ਰਿਹਾ ਸੀ ਸਵਾਰੀਆਂ ਲੈ ਕੇ। ਰਸਤੇ 'ਚ ਰੋਡ ਖਾਲੀ ਕਾਰਨ ਮੈਨੂੰ ਦੂਰੋਂ ਨਜ਼ਰ ਆਇਆ ਕਿ ਮੁਲਾਜ਼ਮ ਇੱਕ ਭੱਜ ਰਿਹਾ, ਇੱਕ ਵਿਅਕਤੀ ਦਾ ਪਿੱਛਾ ਕਰ ਰਿਹਾ ਹੈ। ਮੈਂ ਸੋਚਿਆ, ਮੈਂ ਕਿਹਾ ਪਤਾ ਨਹੀਂ ਕੀ, ਅੱਜ ਕੱਲ੍ਹ ਚੋਰੀਆਂ ਬਹੁਤ ਹੋ ਰਹੀਆਂ, ਮੋਬਾਈਲ ਬੜੇ ਚੋਰੀ ਹੋ ਰਹੇ ਨੇ। ਮੈਂ ਸੋਚਿਆ ਕਿ ਪਤਾ ਨਹੀਂ ਮੋਬਾਈਲ ਖੋ ਕੇ ਭੱਜਿਆ ਹੈ। ਮੈਂ ਕਿਹਾ ਮੈਨੂੰ ਬੰਦੇ ਨੂੰ ਫੜ ਲੈਂਦਾ, ਕਿਸੇ ਦੀ ਚੀਜ਼ ਬਚ ਜਾਏਗੀ। ਮੈਂ ਉਹ ਭੱਜ ਕੇ, ਮੈਂ ਅੱਗੇ ਸਾਂ, ਮੈਂ ਗੱਡੀ ਰੋਕ ਕੇ ਉਹਨੂੰ ਮਾੜਾ ਭੱਜ ਕੇ ਅਤੇ ਮੈਂ ਉਹਨੂੰ ਚੋਰ ਨੂੰ ਮੈਂ ਫੜ ਲਿਆ। ਮੈਂ ਉਹ ਫੜ ਕੇ ਅਤੇ ਮੈਂ ਮੁਲਾਜ਼ਮ ਦੇ ਹਵਾਲੇ ਕੀਤਾ, ਜੋ ਕਿ ਬਜ਼ੁਰਗ ਮੁਲਾਜ਼ਮ ਸੀ। ਉਹ ਭੱਜ ਕੇ ਆ ਰਿਹਾ ਸੀ, ਮਗਰ ਉਹਨੂੰ ਨਾ ਸਾਹ ਬੜਾ ਚੜਿਆ ਸੀ ਮੁਲਾਜ਼ਮ ਨੂੰ, ਕਿਉਂਕਿ ਉਹ ਭੱਜਿਆ ਆ ਰਿਹਾ ਸੀ ਉਹਦੇ ਮਗਰ, ਅਤੇ ਉਹਨੂੰ ਸਾਹ ਇੰਨਾ ਚੜਿਆ ਕਿ ਹੰਬਿਆ ਪਿਆ ਸੀ, ਉਹਦੇ ਕੋਲ ਬੋਲਿਆ ਨਹੀਂ ਜਾ ਰਿਹਾ। ਮੈਂ ਕਿਹਾ ਭਾਈ ਆ ਕਿੰਨਾ, ਮੈਨੂੰ ਨਾ ਸਿਵਲ ਹਸਪਤਾਲ ਤੱਕ ਮੈਨੂੰ ਲੈ ਜਾ ਅਤੇ ਮੈਂ ਕਿਹਾ ਲੈ ਜਾਂਦਾ ਵਾ। ਮੈਂ ਕਿਹਾ ਕੀਤਾ ਕੀ ਨੇ, ਮੈਂ ਕਿਹਾ ਮੋਬਾਈਲ ਮੋਬਾਈਲ ਖੋਇਆ। ਕਹਿੰਦਾ ਕੁਛ ਨਹੀਂ, ਕੋਈ ਨਹੀਂ, ਕਹਿੰਦਾ ਦੱਸਦੇ ਹਾਂ। ਉਹਦੇ ਕੋਲ ਬੋਲਿਆ ਵੀ ਨਹੀਂ ਜਾ ਰਿਹਾ ਮੁਲਾਜ਼ਮ ਕੋਲ। ਜਿਸ ਤਰ੍ਹਾਂ ਮੈਂ ਸਿਵਲ ਹਸਪਤਾਲ ਦਾ ਮੈਂ ਮੋੜ ਕੱਟਿਆ ਹੈ ਤਾਂ ਮੁਲਾਜ਼ਮ ਬੇਹੋਸ਼ ਹੋ ਕੇ ਡਿੱਗ ਪਿਆ ਥੱਲੇ। ਮੈਂ ਗੱਡੀ ਦੇ ਵਿੱਚ ਉਹਦੀ ਦਸਤਾਰ ਜਿਹੜੀ ਪਿਛਲੇ ਬੰਨੇ ਡਿੱਗੀ ਸੀਟ ਦੇ, ਅਤੇ ਮੁਲਾਜ਼ਮ ਗੱਡੀ ਦੇ ਅਗਲੇ ਪਾਸੇ ਡਿੱਗ ਪਿਆ ਹੈ। ਮੈਂ ਵੇਖਿਆ ਯਾਰ ਮੁਲਾਜ਼ਮ ਡਿੱਗ ਗਿਆ ਹੈ ਅਤੇ ਉਹ ਚੋਰ ਜਿਹੜਾ ਨਾਲ ਸੀ ਉਹ ਪਿੱਛੋਂ ਦੀ ਨਿਕਲ ਗਿਆ, ਪਿੱਛੋਂ ਦੀ ਪਿੱਛੋਂ ਦੀ ਬੈ ਭੱਜਿਆ ਹੈ। ਜਦੋਂ ਮੈਨੂੰ ਬੰਦਾ ਪਤਾ ਲੱਗਾ ਮੈਂ ਭੱਜ ਗਿਆ, ਮੈਂ ਉੱਤਰ ਕੇ ਭੱਜਿਆ ਉਹਦੇ ਮਗਰ। ਉਸ ਦੌਰਾਨ ਮੇਰੀ ਨਾ ਜੈਕਟ ਲਾਲ ਦੇ ਬੰਨੇ ਮੋਟਰਸਾਈਕਲ ਖੜ੍ਹੇ ਸੀ, ਇੱਧਰੋਂ ਨਹੀਂ ਮੁੱਤਰਾ ਸਾਈਡ ਦਾ ਨਹੀਂ, ਉੱਥੇ ਮੋਟਰਸਾਈਕਲ ਖੜ੍ਹੇ ਸੀ ਸਾਈਕਲਾਂ ਵਾਲੀਆਂ ਦੁਕਾਨਾਂ ਗਈਆਂ, ਉਹਦੇ 'ਚ ਨਾ ਮੇਰੀ ਜੈਕਟ ਫਸ ਗਈ ਉਹਦੇ ਹੈਂਡਲ ਦੇ ਵਿੱਚ। ਉਸ ਦੌਰਾਨ ਮੇਰੀ ਜੈਕਟ ਵੀ ਫਟ ਗਈ, ਮਗਰ ਮੈਂ ਕਿਹਾ ਯਾਰ ਇਹਨੂੰ ਜੇ ਮੁਲਾਜ਼ਮ ਬੇਹੋਸ਼ ਹੋ ਗਿਆ, ਮੈਂ ਕਿਹਾ ਇਹਨੂੰ ਕੁਛ ਹੋ ਗਿਆ ਅਤੇ ਮੈਂ ਕਿਹਾ ਭੈਣ ਪੰਗਾ ਨਾ ਪਏ, ਉਹਦੀ ਮਿਹਨਤ ਨਾ ਬੇਕਾਰ ਜਾਵੇ। ਮੈਂ ਫਿਰ ਮੈਂ ਦੁਬਾਰਾ ਮੈਂ ਭੱਜਿਆ ਮੈਂ ਉਹਦੇ ਚੋਰ ਦੇ ਮਗਰ। ਮੈਂ ਉਹਨੂੰ ਮੈਂ ਕਾਬੂ ਕੀਤਾ ਜਾ ਕੇ, ਮੈਂ ਨੈਸ਼ਨਲ ਮਾਰਕੀਟ ਹੈਗੀ ਭੰਡਾਰੀ ਕੋਲ ਤੋਂ ਪਹਿਲਾਂ, ਮੈਂ ਉੱਥੇ ਕਾਬੂ ਕੀਤਾ ਉਹਨੂੰ ਦੁਬਾਰਾ, ਉਹਨੂੰ ਚੋਰ ਨੂੰ। ਉੱਥੋਂ ਮੈਂ ਲੈ ਕੇ ਜਦੋਂ ਮੈਂ ਦੁਬਾਰਾ ਆਪਣੀ ਗੱਡੀ ਕੋਲ ਆਇਆ ਵਾਂ, 5-7-10 ਮਿੰਟ ਲੱਗ ਹੀ ਗਏ ਹੋਣੇ ਭਾਈ ਜਾਣ ਦੇ ਵਿੱਚ। ਉਸ ਦੌਰਾਨ ਮੁਲਾਜ਼ਮ ਗੱਡੀ ਦੇ ਵਿੱਚ ਹੀ ਪਿਆ ਰਿਹਾ, ਕਿਸੇ ਨੇ ਉਹਦੀ ਹੈਲਪ ਨਹੀਂ ਕੀਤੀ, ਨਾ ਉਹਦੀ ਕੋਈ ਪੁੱਛ ਗਿੱਛ ਹੋਈ। ਮੁਲਾਜ਼ਮ ਗੱਡੀ 'ਚ ਮੇਰੀ 'ਚ ਪਿਆ ਰਿਹਾ ਹੈ। ਮੈਂ ਆਇਆ ਵਾਂ, ਮੈਂ ਕਿਹਾ ਯਾਰ ਫਿਰ ਮੈਂ ਵੇਖਿਆ ਯਾਰ, ਮੈਂ ਕਿਹਾ ਚੋਰ ਨੂੰ ਤਾਂ ਫੜ ਲਿਆ, ਮੈਂ ਕਿਹਾ ਉਹਨੂੰ ਨਾ ਕੁਛ ਹੋ ਜਾਏ ਹੁਣ। ਫਿਰ ਮੈਂ ਗੱਡੀ ਮੈਂ ਸਟਾਰਟ ਕੀਤੀ, ਮੈਂ ਐਮਰਜੈਂਸੀ 'ਚ ਭਜਾਈ, ਐਮਰਜੈਂਸੀ 'ਚ ਗੱਡੀ ਲਾ ਕੇ ਸਿਵਲ ਹਸਪਤਾਲ ਐਮਰਜੈਂਸੀ ਦੇ ਵਿੱਚ, ਅਤੇ ਅੰਦਰੋਂ ਮੈਂ ਜਾ ਕੇ ਮੈਂ ਖਾਪਰ ਵਾਲਾ ਪਾ ਕੇ ਅਤੇ ਮੈਂ ਸਟਿਚਰ, ਮੈਂ ਆਹ ਭੱਜ ਕੇ ਰਨਿੰਗ ਕੀਤੀ, ਰਨਿੰਗ ਕਰਕੇ ਮੈਂ ਭੱਜ ਕੇ ਮੈਂ ਸਟਿਚਰ ਫੜ ਕੇ ਲੈ ਕੇ ਆਇਆ ਮੈਂ 7 ਨੰਬਰ ਕਮਰੇ ਦੇ ਸਾਹਮਣੇ ਜਿਹੜੀ ਵਾਰਡ ਹੈਗੀ ਹੈ। ਹੁਣ ਜਿਹੜੀ ਦਸਤਾਰ ਤੁਹਾਡੇ ਕੋਲ ਪਈ ਹੈ, ਦਸਤਾਰ ਹੈ, ਪੰਜਾਬ ਪੁਲਿਸ ਦਾ ਮਾਣ ਹੈਗਾ ਹੈ, ਇਹ ਉਸ ਮੁਲਾਜ਼ਮ ਦਾ ਸਨਮਾਨ ਹੈਗਾ ਜਿਹਨੇ ਇੰਨੀ ਮਿਹਨਤ ਦੇ ਨਾਲ, ਇੰਨੀ ਮੁਸ਼ਕਲ ਦੇ ਨਾਲ ਉਹਨੂੰ ਫੜਿਆ। ਪਰ ਮੈਨੂੰ ਬਹੁਤ ਅਫਸੋਸ ਲੱਗਣ ਡਿਆ ਵੀ ਉਹ ਇਸ ਦੁਨੀਆ 'ਚ ਨਹੀਂ ਰਹੇ ਇਸ ਟਾਈਮ। ਹੁਣ ਇਹ ਦਸਤਾਰ ਮਾਣਯੋਗ ਕਮਿਸ਼ਨਰ ਸਾਹਿਬ ਦੇ ਦਫ਼ਤਰ ਸਿਰੇ ਮੈਂ ਖੁਦ ਦੇ ਕੇ ਆਵਾਂਗਾ, ਇਸ ਬੁਰਦਾਰੀ ਕਰਕੇ ਆਵਾਂਗਾ। ਹਾਂਜੀ, ਉਸ ਤਰ੍ਹਾਂ ਮੈਂ ਜਾਣਾ ਸੀ ਸਿਵਲ ਹਸਪਤਾਲ, ਮੈਂ ਉਹਨਾਂ ਨੂੰ ਮਿਲਣ ਵਾਸਤੇ, ਜੇ ਆ ਭਾਈ ਜਿਹਨਾਂ ਦੀ ਡੈਥ ਹੋ ਗਈ ਜੇ ਜਿੰਦੇ ਹੁੰਦੇ ਤੇ ਮੈਂ ਆਪਣੇ ਹੱਥੀ ਉਹਨਾਂ ਨੂੰ ਦੇ ਕੇ ਆਉਣੀ ਸੀ ਆ ਵਾਲੀ ਦਸਤਾਰ ਉਹਨਾਂ ਦੀ, ਕਿਉਂਕਿ ਉਹਨਾਂ ਨੇ ਮਾਨ ਸਨਮਾਨ ਹੈ ਉਹਨਾਂ ਦਾ ਜੀ ਆ ਵੀ। ਠੀਕ ਹੈ, ਤੇ ਹੁਣ ਤੁਹਾਨੂੰ ਪਤਾ ਲੱਗਾ ਵੀ ਉਹਨਾਂ ਦੀ ਡੈਥ ਹੋ ਗਈ ਹੈ, ਬਹੁਤ ਅਫਸੋਸ ਹੈ ਜੀ। ਹੁਣ ਸਵੇਰੇ ਪੁਲਿਸ ਕਮਿਸ਼ਨਰ ਨੂੰ ਦੋਗੇ? ਹਾਂਜੀ, ਇਹ ਸਰ ਕਮਿਸ਼ਨਰ ਸਾਹਿਬ ਦੇ ਪੇਸ਼ ਹੋ ਕੇ ਤੇ ਆਪਾਂ ਦਸਤਾਰ ਉਹਨਾਂ ਦੀ ਦਿੱਤੀ ਜਾਏਗੀ ਜੀ। ਠੀਕ ਹੈ।